पंजाब च कई थावां ते हो रही है किसानां दी फड़ोफड़ी। पुलिस दे वल्लों किसानां नूं घरां दे अंदर कीता जा रहा है नज़रबंद। पंजाब पुलिस दे इस एक्शन तो बाद हुण किसानां ने टोल प्लाजे कर दिते जाम। ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਕਈਆਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ। ਜੀ ਹਾਂ, ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਕਿਸਾਨਾਂ ਦੀ ਫੜੋਫੜੀ ਸ਼ੁਰੂ ਹੈ ਤੇ ਕਿਸਾਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਵੀ ਕੀਤਾ ਜਾ ਰਿਹਾ ਹੈ ਤੇ ਇਸੇ ਰੋਸ ਦੇ ਵਿੱਚ ਆ ਕੇ ਕਿਸਾਨਾਂ ਨੇ ਹੁਣ ਤਰਨ ਤਾਰਨ ਜਾਂ ਹੋਰ ਵੱਖ ਵੱਖ ਥਾਵਾਂ ਦੇ ਉੱਤੇ ਟੋਲ ਪਲਾਜ਼ੇ ਜਾਮ ਕਰ ਦਿੱਤੇ ਨੇ ਤੇ ਕਿਸਾਨਾਂ ਨੇ ਚੰਡੀਗੜ੍ਹ ਮੋਰਚੇ ਦਾ ਵੀ ਐਲਾਨ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਿਸਾਨ ਆਗੂਆਂ ਨੂੰ ਫੜਿਆ ਜਾ ਰਿਹਾ ਜਾਂ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਘਰ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਵਿੱਚ ਰੋਸ ਹੋਰ ਵੀ ਜ਼ਿਆਦਾ ਵੱਧ ਚੁੱਕਾ ਹੈ ਤੇ ਕਿਸਾਨਾਂ ਦੇ ਵੱਲੋਂ ਇਸ ਵਕਤ ਤਰਨ ਤਾਰਨ ਦੇ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਗਿਆ ਹੈ ਤੇ ਕਿਸਾਨ ਜਿਹੜੇ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਨੇ ਅਤੇ ਨਾਲ ਦੇ ਨਾਲ ਹੀ ਕਿਸਾਨਾਂ ਦੇ ਵਿੱਚ ਕਾਫੀ ਰੋਸ ਭਰਿਆ ਹੋਇਆ ਵੀ ਦੇਖਿਆ ਜਾ ਸਕਦਾ। ਤਾਂ ਮੌਜੂਦਾ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਵੱਖ ਵੱਖ ਥਾਵਾਂ ਦੇ ਉੱਤੇ ਕਿਸਾਨਾਂ ਨੇ ਟੋਲ ਪਲਾਜ਼ੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਕਈ ਥਾਵਾਂ 'ਤੇ ਕਿਸਾਨਾਂ ਦੀ ਫੜੋਫੜੀ ਸ਼ੁਰੂ ਹੋ ਚੁੱਕੀ ਹੈ। ਤਾਂ ਦੱਸ ਦਈਏ ਕਿ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉੱਧਰ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾਂ ਨੂੰ ਤਰਨ ਤਾਰਨ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਕਈ ਕਿਸਾਨ ਆਗੂਆਂ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਤੇ ਇਸ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਤਰਨ ਤਾਰਨ ਟੋਲ ਪਲਾਜ਼ਾ ਤੇ ਧਰਨਾ ਦਿੱਤਾ। ਦੱਸ ਦਈਏ ਕਿ ਕਈ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਤੇ ਕਈ ਥਾਵਾਂ 'ਤੇ ਤੜਕਸਾਰ ਛਾਪੇਮਾਰੀ ਹੋਈ ਹੈ। ਕਿਸਾਨ ਜਥੇਬੰਦੀਆਂ ਦਾ 22 ਅਗਸਤ ਨੂੰ ਪ੍ਰਦਰਸ਼ਨ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕਾਲ ਦਿੱਤੀ ਹੈ। 16 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ। ਕਿਸਾਨਾਂ ਦੇ ਵੱਲੋਂ ਕੇਂਦਰ ਤੋਂ 50,000 ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਿਆ ਜਾ ਰਿਹਾ। ਇਸ ਤੋਂ ਇਲਾਵਾ ਸਰਕਾਰ ਘੱਗਰ ਸਮੇਤ ਸਾਰੇ ਦਰਿਆਵਾਂ ਦਾ ਪੱਕਾ ਹੱਲ ਕਰੇ, ਹੜ੍ਹਾਂ ਦਾ ਮੁਆਵਜ਼ਾ 50,000 ਪ੍ਰਤੀ ਏਕੜ ਦਿੱਤਾ ਜਾਏ ਅਤੇ ਮਾਰੇ ਗਏ ਪਸ਼ੂ ਧਨ ਦਾ 1,00,000 ਰੁਪਇਆ ਮੁਆਵਜ਼ਾ ਮਿਲੇ ਅਤੇ ਢਹਿ ਚੁੱਕੇ ਘਰਾਂ ਦਾ 5,00,000 ਤੇ ਜਾਨੀ ਨੁਕਸਾਨ ਦਾ 10,00,000 ਜਿਹੜਾ ਹੈ ਉਹ ਮੁਆਵਜ਼ਾ ਦਿੱਤਾ ਜਾਵੇ। ਤਾਂ ਕਿਸਾਨਾਂ ਦੇ ਵੱਲੋਂ ਵੱਖ ਵੱਖ ਮੰਗਾਂ ਰੱਖ ਦਿੱਤੀਆਂ ਗਈਆਂ ਨੇ। 16 ਕਿਸਾਨ ਜਥੇਬੰਦੀਆਂ ਹੁਣ ਇੱਕ ਹੋ ਚੁੱਕੀਆਂ ਨੇ ਅਤੇ ਉਹਨਾਂ ਦੇ ਵੱਲੋਂ ਹੁਣ ਚੰਡੀਗੜ੍ਹ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਦੇ ਅੱਗੇ ਮੰਗਾਂ ਰੱਖੀਆਂ ਜਾਣਗੀਆਂ ਕਿ ਜਿੱਥੇ ਪਸ਼ੂਆਂ ਦਾ ਨੁਕਸਾਨ ਹੋ ਚੁੱਕਾ ਹੈ, ਪਸ਼ੂ ਧਨ ਦਾ ਨੁਕਸਾਨ ਹੋ ਚੁੱਕਾ, ਉਸਦਾ ਮੁਆਵਜ਼ਾ ਦਿੱਤਾ ਜਾਏ, ਘਰ ਢਹਿ ਢੇਰੀ ਹੋ ਚੁੱਕੇ ਨੇ ਉਸਦਾ ਮੁਆਵਜ਼ਾ ਦਿੱਤਾ ਜਾਏ ਅਤੇ ਨਾਲ ਦੇ ਨਾਲ ਹੀ ਦੱਸ ਦਈਏ ਕਿ ਹੜ੍ਹਾਂ ਦੇ ਕਰਕੇ ਜੋ ਹੋਰ ਇੱਕ ਜ਼ਮੀਨ ਦਾ ਯਾਨੀ ਕਿ 50,000 ਪ੍ਰਤੀ ਏਕੜ ਮੁਆਵਜ਼ਾ ਜਿਹੜਾ ਆ ਉਹ ਦਿੱਤਾ ਜਾਵੇ ਹੜ੍ਹਾਂ ਦਾ ਅਤੇ ਨਾਲ ਦੇ ਨਾਲ ਹੀ ਇਹ ਸਾਰੇ ਮੁਆਵਜ਼ੇ ਜਿਹੜੇ ਆ ਕਿਸਾਨ ਮੰਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਤਰਨ ਤਾਰਨ ਦਾ ਟੋਲ ਪਲਾਜ਼ਾ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਹੈ। ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਪਹੁੰਚ ਚੁੱਕੇ ਨੇ ਕਿਉਂਕਿ ਸਵੇਰ ਤੋਂ ਹੀ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਜਾਂ ਕਹਿ ਦਈਏ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਆਗੂਆਂ ਦੀ ਭਾਲ ਦੇ ਲਈ ਵੀ ਛਾਪੇਮਾਰੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤੇ ਇੱਕ ਵਾਰ ਮੌਜੂਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਕਿਸਾਨ ਆਗੂਆਂ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਗਿਆ ਤੇ ਕਿ ਕੁਝ ਮੰਗਾਂ ਉਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ, ਇੱਕ ਵਾਰ ਤੁਸੀਂ ਵੀ ਸੁਣੋ। ਟੋਲ ਪਲਾਜ਼ੇ ਦੇ ਨਹੀਂ ਸਾਹਿਬ ਕਰ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ? ਮੈਂ ਜੀ ਹਰਵਿੰਦਰਜੀਤ ਸਿੰਘ ਕੰਗ, ਜ਼ਿਲ੍ਹੇ ਤਰਨ ਤਾਰਨ ਦਾ ਜਥੇਬੰਦ 76 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਛਾ, ਇਹ ਜਿਹੜਾ ਉਸਮਾ ਟੋਲ ਪਲਾਜ਼ਾ 'ਚ ਬੰਦ ਕੀਤਾ ਗਿਆ, ਕਿਹੜੇ ਸੰਬੰਧ 'ਚ ਬੰਦ ਕੀਤਾ ਗਿਆ? ਦੇਖੋ ਜੀ, ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਅਤੇ ਸੈਂਟਰ ਸਰਕਾਰ ਨਾਲ ਸੰਬੰਧਿਤ ਮੰਗਾਂ ਸੀ, ਜਿਹਦੇ 'ਚ ਜਿਹੜਾ ਹੜ੍ਹ ਪੀੜਤਾਂ ਦਾ ਹੱਦੋਂ ਵੱਧ ਨੁਕਸਾਨ ਹੋ ਚੁੱਕਾ ਵਾ, ਘਰਾਂ ਦੇ ਘਰ ਰੁੜ ਗਿਆ, ਮਾਲ ਡੰਗਰ ਰੁੜ ਗਏ, ਘਰ ਮਕਾਨ ਢਹਿ ਗਿਆ, ਉਹਨਾਂ ਨੂੰ ਮੁਆਵਜ਼ੇ ਦਵਾਉਣ ਦੀ ਗੱਲ ਸੀ, ਨਾਲ ਉਹਨਾਂ ਨੂੰ ਕਿੱਥੇ ਰੱਖਿਆ ਵਾ, ਕਿਹੜੀ ਜਗ੍ਹਾ 'ਤੇ ਉਹਨਾਂ ਦੇ ਪ੍ਰਬੰਧ ਕਰਨੇ ਆ, ਜਾਂ ਉਹਨਾਂ ਨੂੰ ਘਰੋਂ ਬੁਕਾਰ, ਉਹਨਾਂ ਨੂੰ ਕੀ ਬਣਾ ਕੇ ਦੇ ਰਹੇ ਜੇ, ਕਿੱਥੇ ਉਹਨਾਂ ਦੇ ਰਹਿਣ ਬਸੇਰਾ ਕੀਤਾ ਵਾ, ਇਹ ਸਾਰੀਆਂ ਮੰਗਾਂ ਜਿਹੜੀਆਂ ਸੀ ਇਹ ਵਿੱਚ ਹੀ। ਪਰ 4 ਵਜੇ ਸਾਡੇ ਘਰਾਂ ਦੀ ਛਾਪੇਮਾਰੀ ਕਰਕੇ ਸਾਡੇ ਸੂਬੇ ਦੇ ਆਗੂ ਸਰਵਨ ਸਿੰਘ ਜੀ ਪੰਧੇਰ, ਸੁਖਵਿੰਦਰ ਸਿੰਘ ਜੀ ਚਤਾਲਾ ਜਿਹੜੇ ਉਹਨਾਂ ਅਰੈਸਟ ਕਰ ਲਿਆ,
बाकी भी तरन तारण के जिले के जिहड़े आगू आ वो भी अरैसट किए आ साडे घरां छापे मारे गए। असी चंडीगढ़ जाने लई बिरको ट्रालियां तैयार ही लंगर पानी प्रबंध पूरा ही पर उसमें टोल प्लाजे से पुलिस ने भारी फोर्स ला के सानू रोकिया। तो असी यह कहना चाहते आप जी के माध्यम राही भी टोल प्लाजा फ्री करना बंद करना साडा मकसद नहीं सी। असी चंडीगढ़ नू जा रहे सी ये पुलिस प्रशासन ने करवाया वा ਵੀ ਹੁਣ ਇਸੇ ਟੋਲ ਪਲਾਜੇ ਨੂੰ ਅਸੀਂ ਜਿਹੜਾ ਵਾ ਉਹ ਚੰਡੀਗੜ੍ਹ ਦਾ ਮਟਕਾ ਚੋਂ ਉਡਾਵਾਂਗੇ। ਅੱਜ ਸਾਰੇ ਪੰਜਾਬ 'ਚ ਜਿਹੜੇ ਉਹ ਟੋਲ ਪਲਾਜੇ ਫ੍ਰੀ ਕੀਤੇ ਗਏ ਆ। 16 ਜਥੇਬੰਦੀਆਂ ਦੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਆ, ਅਗਲਾ ਕੀ ਐਲਾਨ ਹੁੰਦਾ ਵਾ ਉਹਦੇ ਮੁਤਾਬਕ ਜਿਹੜੀ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਅਤੇ ਉਹਨਾਂ ਦੇ ਨਾਲ ਜੋ ਵੀ ਰਣਨੀਤੀ ਹੋਊ। ਇੱਕ ਗੱਲ ਹੈ ਵੀ ਜਿੰਨਾ ਚਿਰ ਤੱਕ ਸਾਡੇ ਆਗੂ ਰਿਹਾ ਹੋਗੇ ਨਹੀਂ ਆਉਂਦੇ ਉਹਨਾਂ ਚਿਰ ਤੱਕ ਜਿਹੜਾ ਧਰਨਾ ਉਹ ਲਗਾਤਾਰ ਚਲਾਵਾਂਗੇ। ਅੱਜ ਉਸਮਾ ਟੋਲ ਪਲਾਜਾ ਬੰਦ ਕੀਤਾ ਵਾ, ਕਾਹਦੇ ਸੰਬੰਧ ਹੀ ਬੰਦ ਕੀਤਾ ਗਿਆ? ਮੈਂ ਜੀਤ ਸਿੰਘ ਸ਼ਕਰੀ, ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਸੂਬਾ ਕੋਰ ਕਮੇਟੀ ਆਗੂ ਅਤੇ ਜ਼ਿਲ੍ਹਾ ਤਰਨਤਾਰਨ ਦਾ ਸਕੱਤਰ। ਅੱਜ ਜੋ ਅਸੀਂ ਟੋਲ ਪਲਾਜ਼ਾ ਬੰਦ ਕਰਕੇ ਬੈਠੇ ਹਾਂ ਇਹ ਇਕੱਲਾ ਅਸੀਂ ਕੁਸਮੇਲਾ ਨਹੀਂ ਕਰ ਬੈਠੇ, ਪੰਜਾਬ ਭਰ ਦੇ ਵਿੱਚ ਅੱਜ ਇਹ ਟੋਲ ਪਲਾਜ਼ੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਬੰਦ ਕੀਤੇ ਆ। ਸੋ ਇਹ ਬੰਦ ਕਿਉਂ ਕਰਨੇ ਪਏ? ਅਸੀਂ ਅੱਜ ਜਿਹੜਾ ਵਾ ਚੰਡੀਗੜ੍ਹ ਨੂੰ ਕੂਚ ਕਰਨਾ ਸੀਗਾ, ਕਿਉਂਕਿ ਜਿਸ ਤਰ੍ਹਾਂ ਫੜਾਂ ਦੇ ਨਾਲ ਜੋ ਲੋਕ ਪੀੜਤ ਆ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਸੀ, ਨਾਲ ਚੇਪਣੇ ਮੀਟਰਾਂ ਦੀ ਗੱਲ ਸੀ, ਨਾਲ MSP ਦੀ ਗੱਲ ਸੀ, ਨਾਲ ਜਿਹੜਾ ਵਾ ਸਾਡੇ ਘਰ ਘਰ ਦੀ ਕਹਾਣੀ ਬਣ ਚੁੱਕਾ ਨਸ਼ਾ ਉਹਦੀ ਗੱਲ ਸੀ। ਪਰ ਜੋ ਅੱਜ ਪੰਜਾਬ ਦੀ ਸਰਕਾਰ ਨੇ ਅਤੇ ਸੈਂਟਰ ਦੀ ਸਰਕਾਰ ਨੇ ਆਪਦਾ ਜੋ ਚਿਹਰਾ ਅੱਜ ਵਿਖਾਇਆ ਵਾ, ਸਾਡੇ ਆਗੂਆਂ ਦੇ ਘਰ 2:30-3 ਵਜੇ ਤੋਂ ਜਿਹੜੇ ਆ ਛਾਪਾਮਾਰੀ ਸ਼ੁਰੂ ਕਰਤੀ ਆ, ਸਾਡੇ ਕਿਸਾਨਾਂ ਦੀਆਂ ਕੰਧਾਂ ਟੱਪੀਆਂ ਗਈਆਂ, ਕੰਧਾਂ ਟੱਪ ਕੇ ਜਿਹੜੀਆਂ ਵਾ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਗਏ, ਸਾਡੇ ਕਿਸਾਨ ਕੁਝ ਤਾਂ ਚੁੱਕ ਲਏ ਗਏ ਅਤੇ ਨਾਲ ਕੁਝ ਸਾਡੇ ਕਿਸਾਨ ਜਿਹੜੇ ਆ ਉਹ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਆ। ਉਸ ਵਿਰੋਧ ਦੇ ਵਿੱਚ ਅੱਜ ਪੰਜਾਬ ਭਰ ਦੇ ਵਿੱਚ ਟੂਲ ਪਲਾਜੇ ਜਿਹੜੇ ਆ ਬੰਦ ਕਰਕੇ ਬੈਠੇ। A to Z ਸਮੱਸਿਆ ਦਾ ਸਮਾਧਾਨ ਮੀਆਂ ਕਰੀਮ ਖਾਂ, ਕਾਲ ਜਾਂ ਵਟਸਐਪ ਕਰੋ 99-150-90-403। ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ 11 ਘੰਟਿਆਂ 'ਚ ਫਟਾਫਟ 101% ਸਮਾਧਾਨ, ਗਰੰਟੀ ਕਾਰਡ ਦੇ ਨਾਲ। ਕਾਲੇ ਇਲਮ ਦੀ ਕਾਟ ਸਾਡੇ ਕੋਲ, ਪਤੀ ਪਤਨੀ ਅਤੇ ਪ੍ਰੇਮੀ ਪ੍ਰੇਮਿਕਾ ਵਸ 'ਚ ਕਰਵਾਓ। ਕੀਤਾ ਕਰਾਇਆ, ਜਾਦੂ ਟੋਣਾ, ਮਨਚਾਇਆ ਪਿਆਰ, ਵਸ਼ੀਕਰਨ, ਮੁੱਠਕਰਨੀ ਕਰਵਾਓ ਜਾਂ ਤੁੜਵਾਓ। ਨੌਕਰੀ ਕਾਰੋਬਾਰ 'ਚ ਰੁਕਾਵਟਾਂ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਘਰ 'ਚ ਖੂਨ ਦੇ ਛਿੱਟੇ ਆਉਣੇ, ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ, ਪ੍ਰੇਮੀ ਪ੍ਰੇਮਿਕਾ ਦਾ 100% ਵਸ਼ੀਕਰਨ ਕਰਵਾਓ। ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ ਸਿਰਫ 11 ਘੰਟਿਆਂ 'ਚ।